ਸਤਿ ਸ਼੍ਰੀ ਅਕਾਲ ਜੀ, ਪੰਜਾਬ ਬੋਲਦਾ ਦੇਖ ਰਹੇ ਸਰਦਰਸ਼ਕਾਂ ਦਾ ਮੈਂ ਅਮਨਦੀਪ ਸਿੰਘ ਸਵਾਗਤ ਕਰਦਾ। ਦੋਸਤੋ, ਕੇਂਦਰ ਸਰਕਾਰ ਦੇ ਵੱਲੋਂ ਇੱਕੋ ਵਕਤ ਇੱਕ ਵੱਡਾ ਫੈਸਲਾ ਲਿਆ ਜਾਂਦਾ ਹੈ, ਜਿਸ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚੋਂ ਧਾਰਾ 370 ਅਤੇ 35A ਨੂੰ ਖਤਮ ਕਰ ਦਿੱਤਾ ਜਾਂਦਾ ਹੈ। ਪੂਰੇ ਦੇਸ਼ ਦੇ ਵਿੱਚ ਚਰਚਾਵਾਂ ਦਾ ਮਾਹੌਲ ਛਿੜ ਜਾਂਦਾ ਹੈ ਕਿ ਆਖਿਰ ਧਾਰਾ 370 ਖਤਮ ਕਰਨ ਦੇ ਨਾਲ ਜੰਮੂ ਕਸ਼ਮੀਰ ਦੇ ਹਾਲਾਤ ਕੀ ਹੋਣਗੇ। ਕੇਂਦਰ ਸਰਕਾਰ ਦੇ ਵੱਲੋਂ ਲਏ ਗਏ ਫੈਸਲੇ ਦੇ ਨਾਲ ਪੂਰੇ ਮੁਲਕ ਦੇ ਵਿੱਚ ਚਰਚਾਵਾਂ ਛਿੜੀਆਂ ਹੋਈਆਂ ਨੇ, ਅਤੇ ਆਖਿਰ ਹੁਣ ਇਸ ਬਾਬਤ ਪੰਜਾਬ ਦੇ ਲੋਕ ਕੀ ਸੋਚਦੇ ਨੇ ਕਿ ਆਖਿਰ ਕੇਂਦਰ ਸਰਕਾਰ ਦੇ ਵੱਲੋਂ ਲਿਆ ਹੋਇਆ ਫੈਸਲਾ ਜੰਮੂ ਕਸ਼ਮੀਰ ਦੇ ਵਿੱਚੋਂ ਧਾਰਾ 370 ਹਟਾਉਣ ਦੇ ਨਾਲ ਪੰਜਾਬ ਨੂੰ ਜਾਂ ਜੰਮੂ ਕਸ਼ਮੀਰ ਦੇ ਵਿੱਚ ਹਾਲਾਤ ਕੀ ਹੋਣਗੇ ਜਾਂ ਪੂਰੇ ਮੁਲਕ ਦੇ ਵਿੱਚ ਹਾਲਾਤ ਕਿਸ ਤਰ੍ਹਾਂ ਦੇ ਹੋਣਗੇ, ਅਤੇ ਇਹ ਫੈਸਲਾ ਕਿਵੇਂ ਦਾ ਹੈ, ਲੋਕ ਇਸ ਨੂੰ ਕਿਵੇਂ ਦੇਖਦੇ ਨੇ, ਅਤੇ ਚੱਲਦੇ ਹਾਂ ਪੰਜਾਬ ਦੇ ਲੋਕਾਂ ਦੇ ਕੋਲ, ਜਾਣਦੇ ਹਾਂ ਕਿ ਧਾਰਾ 300 ਹਟਣ ਦੇ ਨਾਲ ਕਿਸ ਤਰ੍ਹਾਂ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ। ਕੁਝ ਲੋਕ ਮੌਜੂਦ ਨੇ, ਜਾਣਦੇ ਹਾਂ ਕਿ ਜੰਮੂ ਕਸ਼ਮੀਰ ਦੇ ਵਿੱਚ ਧਾਰਾ 370 ਨੂੰ ਹਟਾਉਣ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ। ਹਾਲਾਂਕਿ ਲੋਕਾਂ ਦਾ ਇਹ ਕਹਿਣਾ ਕਿ ਜਿਸ ਤਰ੍ਹਾਂ ਕੇਂਦਰ ਸਰਕਾਰ ਦੇ ਵੱਲੋਂ ਧਾਰਾ ਹਟਾਈ ਗਈ ਹੈ, ਕੁਝ ਦਾ ਕਹਿਣਾ ਕਿ ਬਹੁਤ ਵਧੀਆ ਕਦਮ ਚੁੱਕਿਆ ਹੈ, ਅਤੇ ਕੁਝ ਦਾ ਕਹਿਣਾ ਕਿ ਇਸ ਦੇ ਨਾਲ ਕਿਤੇ ਨਾ ਕਿਤੇ ਲੋਕਾਂ ਦੇ ਉੱਤੇ, ਜੰਮੂ ਕਸ਼ਮੀਰ ਦੇ ਲੋਕਾਂ ਦੇ ਉੱਤੇ ਪ੍ਰਭਾਵ ਪਵੇਗਾ, ਪੂਰੇ ਦੇਸ਼ ਦੇ ਵਿੱਚ ਵੀ ਪ੍ਰਭਾਵ ਦੇਖਣ ਨੂੰ ਮਿਲ ਰਿਹਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਨਾਮ ਹੈ? ਕੁਲਬੀਰ ਸਿੰਘ। ਅੱਛਾ ਕੁਲਬੀਰ, ਜਿਵੇਂ ਗੱਲ ਕੀਤੀ ਜਾ ਰਹੀ ਹੈ ਕਿ ਕੇਂਦਰ ਸਰਕਾਰ ਦੇ ਵੱਲੋਂ ਧਾਰਾ 370 ਹਟਾ ਦਿੱਤੀ ਗਈ ਹੈ ਜੰਮੂ ਕਸ਼ਮੀਰ ਦੇ ਵਿੱਚ, ਇਹ ਕਹਿ ਕੇ ਕਿ ਜੰਮੂ ਕਸ਼ਮੀਰ ਦੇ ਵਿੱਚ ਜਿਹੜੀਆਂ ਅੱਤਵਾਦੀ ਗਤੀਵਿਧੀਆਂ ਨੇ ਜਾਂ ਫਿਰ ਜੋ ਅਧਿਕਾਰ ਜੰਮੂ ਕਸ਼ਮੀਰ ਦੇ ਹੈਗੇ ਸਨ ਉਹ ਉਹਨਾਂ ਦੇ ਉੱਤੋਂ ਖੋਲ੍ਹੇ ਗਏ ਨੇ ਕਿਸਮ ਦੇ, ਤੁਸੀਂ ਕਿਵੇਂ ਦੇਖ ਰਹੇ ਹੋ ਇਸ ਧਾਰਾ ਨੂੰ? ਜੋ ਇਹ 370 ਆਰਟੀਕਲ ਹਟਾਇਆ ਗਿਆ ਹੈ, ਇਹ ਇੱਕ ਬੜਾ ਪੋਜੀਟਿਵ ਸਟੈਪ ਹੈ ਅਗਰ ਗੌਰਮੈਂਟ ਕੀ ਓਰ ਸੇ ਦੇਖੇ ਜਾਏ। ਹਮ ਕਹਿ ਰਹੇ ਹਾਂ ਕਿ ਆਪਣੇ 370 ਕੋ ਹਟਾ ਦਿਆ ਹੈ, ਟੈਰਰਿਸਟ ਐਕਟੀਵਿਟੀਜ਼ ਕਮ ਹੋਏਗੀ ਨਹੀਂ ਹੋਏਗੀ, ਹਮ ਲੌਂਗ ਰਨ ਮੇਂ ਦੇਖੇਂਗੇ, ਲੇਕਿਨ ਅਬ ਤੱਕ ਜਿਤਨੀ ਵੀ ਸਰਕਾਰ ਰਹੀ ਹੈ 1947 ਸੇ ਲੈ ਕੇ ਅਬ ਤੱਕ, ਕਿਆ ਇਸ ਜੋ ਆਰਟੀਕਲ ਹੈ ਇਸਕੀ ਵਜ੍ਹਾ ਸੇ ਵਹਾਂ ਕੇ ਲੋਗੋਂ ਕੋ ਇਨਸਾਫ ਮਿਲਾ ਹੈ? ਨਹੀਂ ਮਿਲਾ ਹੈ। ਆਤੰਕਵਾਦੀ ਘਟਨਾ ਬੜਤੀ ਗਈ ਹੈ, ਤੋ ਕਿਉਂ ਨਾ ਹਮ ਇੱਕ ਦੂਸਰੀ ਅਪਰੋਚ ਕੋ ਲੈ ਕੇ ਆਏ। ਹਮਨੇ ਇਹ ਅਪਰੋਚ ਦੇਖ ਚੁੱਕੇ ਹਾਂ ਕਿ ਹਮ 70 ਸਾਲ ਸੇ ਇਹ ਅਪਰੋਚ ਪੇ ਚੱਲ ਰਹੇ ਕਿ ਉਨਕੋ ਸਪੈਸ਼ਲ ਸਟੇਟਸ ਦਿਆ ਗਿਆ ਹੈ, ਲੇਕਿਨ ਉਸਕੇ ਬਾਅਦ ਵੀ ਅਗਰ ਵਹਾਂ ਕੇ ਲੋਕ ਅਨਇੰਪਲੋਇਡ ਹੈ, ਵਹਾਂ ਪੇ ਇੰਪਲੋਇਮੈਂਟ ਬਿਲਕੁਲ ਨਹੀਂ ਹੈ, ਉਸਕੇ ਬਾਅਦ ਵਹਾਂ ਕੇ ਲੋਕ ਪੱਥਰਬਾਜ਼ੀ ਕਰਨੇ ਕੇ ਲੀਏ ਮਜਬੂਰ ਹੈ, ਕਿਉਂਕਿ ਉਨਕੇ ਪਾਸ ਕੁਛ ਹੈ ਨਹੀਂ ਕਰਨੇ ਕੇ ਲੀਏ। ਤੋ ਇਸ ਟਾਈਪ ਪੇ ਹਮੇ ਚਾਹੀਏ ਕਿ ਜ਼ਰੂਰੀ ਹੈ, ਇਹ ਬਹੁਤ ਅੱਛਾ ਸਟੈਪ ਲਿਆ ਗਿਆ ਹੈ ਕਿ ਮੇਨ ਸਟ੍ਰੀਮ ਮੇਂ ਲੋਕੋ ਕੋ ਜੁੜਨਾ ਬਹੁਤ ਜ਼ਰੂਰੀ ਹੈ। ਅਗਰ ਆਪ ਦੇਖਤੇ ਹੋ ਕਿ ਹਮ ਕਲਚਰਲ ਡਾਇਵਰਸਿਟੀ ਕੀ ਬਾਤ ਕਰਤੇ ਹੈਂ, ਫੈਡਰਲ ਸਿਸਟਮ ਕੀ ਹਮ ਜ਼ਰੂਰ ਬਾਤ ਕਰਤੇ ਹੈਂ, ਲੇਕਿਨ ਤਬ ਤੱਕ ਆਪ ਵਹਾਂ ਪੇ ਜਾਓਗੇ ਨਹੀਂ, ਵਹਾਂ ਪੇ ਲੋਕੋ ਸੇ ਮਿਲੋਗੇ ਨਹੀਂ, ਵਹਾਂ ਪੇ ਆਪ ਰਹੋਗੇ ਨਹੀਂ, ਤਬ ਤੱਕ ਹਮ ਇਸਕੇ ਬਾਰੇ ਮੇਂ ਕੁਛ ਨਹੀਂ ਕਹਿ ਸਕਦੇ। ਤੁਸੀਂ ਕਹਿ ਰਹੇ ਹੋ ਕਿ ਕਿਤੇ ਨਾ ਕਿਤੇ ਵਧੀਆ ਸਟੈਪ ਹੈਗਾ। ਬਿਲਕੁਲ ਜੀ, ਬਿਲਕੁਲ ਵਧੀਆ ਸਟੈਪ। ਅੱਛਾ, ਇਸ ਤੋਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ 370 ਦੇ ਨਾਲ ਕੋਈ ਉੱਥੇ ਰਹਿ ਨਹੀਂ ਸਕਦਾ, ਉੱਥੇ ਕੋਈ ਜਗ੍ਹਾ ਨਹੀਂ ਲੈ ਸਕਦਾ, ਸਥਾਈ ਤੌਰ 'ਤੇ ਨਾਗਰਿਕਤਾ ਕੋਈ ਵੀ ਪੂਰੇ ਦੇਸ਼ ਦਾ ਜਿਹੜਾ ਹੈਗਾ ਨਾਗਰਿਕ ਉਹ ਨਹੀਂ ਲੈ ਸਕਦਾ ਜੰਮੂ ਕਸ਼ਮੀਰ ਦੇ ਵਿੱਚ, ਅਲੱਗ ਸੰਵਿਧਾਨ ਹੈਗਾ, ਕੋਈ ਵੀ ਸਰਕਾਰ ਦੇ ਵੱਲੋਂ ਕਾਨੂੰਨ ਲਾਗੂ ਕਰਵਾਉਣਾ ਹੁੰਦਾ ਹੈ ਤਾਂ ਉੱਥੋਂ ਦੀ ਸਰਕਾਰ ਦੀ ਮਨਜ਼ੂਰੀ ਤੋਂ ਬਾਅਦ ਉੱਥੇ ਲਾਗੂ ਹੁੰਦਾ ਹੈ। ਸਵਾਲ ਇਹ ਹੈ ਕਿ ਧਾਰਾ 370 ਹਟਣ ਦੇ ਨਾਲ, ਕਿਉਂਕਿ 70 ਸਾਲ ਤੋਂ ਜਦੋਂ ਤੋਂ ਆਜ਼ਾਦ ਹੋਇਆ ਹੈ ਅਤੇ ਭਾਰਤ ਉਦੋਂ ਤੋਂ ਇਹ ਜਿਹੜਾ ਸਿਸਟਮ ਲਾਗੂ ਹੋਇਆ ਹੈਗਾ, ਅਤੇ ਹੁਣ ਪਿਛਲੇ ਵਾਰ ਵੀ 5 ਸਾਲ ਕਾਰਜਕਾਲ ਰਹੀ ਹੈ ਭਾਜਪਾ ਦੀ, ਅਤੇ ਹੁਣ ਇਸ ਕਾਰਜਕਾਲ ਦੇ ਸ਼ੁਰੂਆਤ ਦੇ ਵਿੱਚ ਇਹ ਮੋਦੀ ਸਰਕਾਰ ਦਾ ਫੈਸਲਾ ਹੈ, ਹਾਲਾਂਕਿ ਇਸ ਫੈਸਲੇ ਪਹਿਲਾਂ ਕਿਉਂ ਨਹੀਂ ਲਿਆ ਗਿਆ? देखिए, अब हम बात करते हैं कि पहले क्यों नहीं स्टेप लिया गया। इसके दो तीन रीज़न, अगर कॉन्स्टिट्यूशन में आप अगर आपको कोई भी आर्टिकल आपको अमेंड करना है तो उसके लिए 2/3 मेजोरिटी चाहिए होती है, तो भाजपा की उस टाइम पे 2/3 मेजोरिटी नहीं थी। अगर आज हमारे पास भाजपा की 2/3 मेजोरिटी है और उनको लगता है कि अब वो ऐसा स्टेप ले सकते हैं तो ये ज़रूरी था। अगर आप पहले की मामले में अगर आज के टाइम देखते हो तो आतंकवादी गतिविधियाँ बढ़ी हैं वहाँ पर, तो एक बहुत ज़रूरी स्टेप था जो लेना ज़रूरी था, और ये बहुत ये मान सकते हैं कि ये लेके आने का तरीका गलत था, लेकिन इंटेंशन ठीक है। वे बेसिक गलत है थोड़ा, लेकिन इंटेंशन ठीक है। जी बहुत बहुत धन्यवाद। सत श्रीकाल जी। सत श्रीकाल। की नाम है? शिवम। अच्छा शिवम, धारा 370 हटी है, जो पंजाब की गल की जाए, पंजाब का धारा 370 हटने के नाल ਕੀ ਮਾਹੌਲ ਜੰਮੂ ਕਸ਼ਮੀਰ ਦੇ ਨਾਲ, ਜਿਹੜਾ ਕਾਫੀ ਕੁਝ ਦਾ ਕਹਿਣਾ ਕਿ ਵਪਾਰ ਦੇ ਨਾਲ ਵਪਾਰ ਨੂੰ ਸੱਟ ਲੱਗੀ ਹੈ, ਕੁਝ ਦਾ ਕਹਿਣਾ ਕਿ ਇਕੱਲੀ ਧਾਰਾ 370 ਜੰਮੂ ਕਸ਼ਮੀਰ ਦੇ ਲਈ ਨਹੀਂ, ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ, ਹਰਿਆਣਾ, ਚੰਡੀਗੜ੍ਹ ਦੇ ਲਈ ਵੀ ਇੱਕ ਵੱਡਾ ਸਵਾਲ ਬਣ ਸਕਦੀ ਹੈ, ਕਿਵੇਂ ਦੇਖਦੇ ਹੋ ਧਾਰਾ 370 ਹਟਣਾ? ਆਈ ਥਿੰਕ ਜੈਸੇ ਧਾਰਾ 370 ਹਟੀ ਹੈ ਤੋ ਅਬ ਕਾਫੀ ਜੈਸੇ ਹਮ ਵਹਾਂ ਪੇ ਪ੍ਰੋਪਰਟੀ ਖਰੀਦ ਸਕਤੇ ਹੈ, ਲੈਂਡ ਖਰੀਦ ਸਕਤੇ ਹੈ, ਵਹਾਂ ਰਹਿ ਸਕਤੇ ਹੈ, ਲੇਕਿਨ ਯੇ ਜੋ ਹੈ ਹਾਂ ਹਰਿਆਣਾ ਪੰਜਾਬ ਵਾਲੋ ਕੋ ਕਾਫੀ ਬੈਨੀਫਿਟ ਹੋਗਾ। ਤੁਸੀਂ ਕਹਿ ਰਹੇ ਹੈ ਕਿ ਅਸੀਂ ਹੁਣ ਉੱਥੇ ਜਾ ਕੇ ਪ੍ਰੋਪਰਟੀ ਖਰੀਦ ਸਕਦੇ ਹਾਂ, ਲੈਂਡ ਖਰੀਦ ਸਕਦੇ ਹਾਂ, ਪਰ ਜੇਕਰ ਮੈਂ ਪੂਰੇ ਦੇਸ਼ ਦੀ ਗੱਲ ਕਰਾਂ ਤਾਂ ਲੋਕਾਂ ਦੇ ਕੋਲ ਤਾਂ ਰਹਿਣ ਦੇ ਲਈ ਆਪਣੇ
ਵੱਖ ਵੱਖ ਰਾਜਾਂ ਦੇ ਵਿੱਚ ਆਪਣੇ ਆਪਣੇ ਲਈ ਘਰ ਨਹੀਂ ਹੈਗੇ, ਆਪਣੇ ਆਪਣੇ ਰਾਜ ਦੇ ਵਿੱਚ ਘਰ ਲੈਣ ਦੇ ਯੋਗ ਨਹੀਂ ਹੈਗੇ ਲੋਕ, ਤਾਂ ਆਪਣੀ ਆਪਣੀ ਸਟੇਟ ਛੱਡ ਕੇ ਜੰਮੂ ਕਸ਼ਮੀਰ ਦੇ ਵਿੱਚ ਲੋਕ ਕਿਵੇਂ ਜਿਹੜੇ ਹੈ ਆਪਣੀ ਨਾਗਰਿਕਤਾ ਲੈਣਗੇ, ਕਿਵੇਂ ਰਹਿਣ ਦੇ ਲਈ ਮਕਾਨ ਲੈਣਗੇ, ਕਿਉਂਕਿ ਦੇਸ਼ ਦੇ ਵਿੱਚ ਕੁਝ ਅਜਿਹੇ ਲੋਕ ਨੇ ਜਿਹੜੇ ਖੁੱਲ੍ਹੇ ਦੇ ਵਿੱਚ ਪੈਂਦੇ ਨੇ, ਧਾਰਾ 370 ਦਾ ਉਹਨਾਂ ਨੂੰ ਕੋਈ ਲੈਣਾ ਦੇਣਾ ਹੀ ਨਹੀਂ। ਹਾਂ, ਮੈਂ ਵੀ ਇਹ ਗੱਲ ਸੋਚਦਾ, ਮੈਂ ਵੀ ਇਸ ਬਦਲਾਅ ਅਮੈਂਡਮੈਂਟ ਦੇ ਖਿਲਾਫ਼ ਹਾਂ, ਕਿਉਂਕਿ ਇਸ ਜਿਹੜਾ ਤਰੀਕਾ ਹੈ ਇਹਨਾਂ ਦਾ ਅਮੈਂਡਮੈਂਟ ਕਰਨ ਦਾ ਕਿ ਬਈ ਉਹਨਾਂ ਨੇ ਹਾਊਸ ਅਰੈਸਟ ਕਰ ਲਿੱਤਾ ਉੱਥੇ ਦੇ ਪੋਲੀਟੀਸ਼ੀਅਨਾਂ ਨੂੰ, ਅਤੇ ਫਿਰ ਉੱਥੇ ਗਵਰਨਰ ਨੂੰ ਰੂਲ ਲਾ ਕੇ, ਅਤੇ ਹੁਣ ਸਾਰੇ ਉਹਨਾਂ ਦੇ ਕਮਿਊਨੀਕੇਸ਼ਨ ਵਗੈਰਾ ਕੱਟ ਕਰ ਦਿੱਤੇ ਆ, ਅਤੇ ਇਹ ਗਲਤ ਆ। ਮੈਂ ਹੁਣੇ ਜੰਮੂ ਕਸ਼ਮੀਰ ਹੋ ਕੇ ਆਇਆ, ਘੁੰਮ ਕੇ ਆਇਆ, ਅਤੇ ਮੈਂ ਵੇਖਿਆ ਉਹਦਾ ਤਾਂ ਮਾਹੌਲ ਵੀ ਨੋਰਮਲ ਆ, ਇਹ ਜਸਟ ਮੀਡੀਆ ਵਾਲਿਆਂ ਨੇ ਹਾਈਪ ਬਣਾਈ ਹੋਈ ਆ ਕਿ ਉਹਨਾਂ ਦੇ ਨਾਲ ਉਹਨਾਂ ਦੇ ਲੋਕ। ਤੁਸੀਂ ਕਹਿ ਰਹੇ ਹੋ ਜੋ ਮੀਡੀਆ ਦੇ ਵਿੱਚ ਆਉਂਦਾ ਹੈ ਉਸ ਤਰ੍ਹਾਂ ਦਾ ਮਾਹੌਲ ਨਹੀਂ ਹੈਗਾ, ਸ਼ਾਂਤੀ ਹੈਗੀ ਜੀ, ਉੱਥੇ ਬਿਲਕੁਲ ਸ਼ਾਂਤੀ ਹੈਗੀ। ਉਹਨਾਂ ਦੇ ਨਾਲ ਆਰਮੀ ਵਾਲੇ ਆਪਣੇ ਭਾਈਆਂ ਨਾਲ ਵੀ ਬਹੁਤ ਚੰਗਾ ਸਲੂਕ ਹੁੰਦਾ ਹੈ ਉੱਥੇ, ਅਤੇ ਉੱਥੇ ਦੇ ਜਿਹੜੇ ਲੋਕਲ ਲੋਕ ਹੈ ਉਹ ਵੀ ਕਾਫੀ ਪੀਸਫੁੱਲ ਨੇ ਅਤੇ ਕਾਫੀ ਲਵਲੀ ਪਰਸਨ ਨੇ। ਅਤੇ ਆਈ ਥਿੰਕ ਕਿ ਯੇ ਅਭੀ ਇਸ ਅਮੈਂਡਮੈਂਟ ਕਾ ਹੋਣਾ ਕਾਫੀ ਗਲਤ ਥਾ, ਇਸਕੇ ਕਾਫੀ ਔਰ ਅਲਟਰਨੇਟਿਵ ਥੇ। ਯਹੀ ਅਗਰ ਆਪਕੋ ਲੈ ਕੇ ਆਉਣਾ ਥਾ ਕਿ ਬਈ ਏਕ ਕੰਟਰੀ ਏਕ ਨੇਸ਼ ਏਕ ਕੋਨਸਟੀਟਿਊਸ਼ਨ ਹੋ, ਏਕ ਹੀ ਫਲੈਗ ਹੋ, ਤੋ ਉਸਕੇ ਅਲੱਗ ਤਰੀਕੇ ਥੇ, ਉਨਕੇ ਲੋ ਵਹਾਂ ਕੇ ਲੋਗੋ ਕੋ ਅੱਛੇ ਸੇ ਸਮਝਾ ਕੇ ਫਿਰ ਉਹਨੇ ਆਪਣੇ ਸਾਥ ਮਿਲਾਤੇ ਤੋ ਵੋ ਕਾਫੀ ਅੱਛਾ ਰਹੇਗਾ। ਜੀ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸੋ ਨੌਜਵਾਨਾਂ ਦੇ ਨਾਲ ਗੱਲਬਾਤ ਕੀਤੀ ਹੈ, ਨੌਜਵਾਨਾਂ ਨੇ ਕਿਹਾ ਕਿ ਕਿਤੇ ਨਾ ਕਿਤੇ ਧਾਰਾ 370 ਹਟਾਉਣਾ ਕੇਂਦਰ ਸਰਕਾਰ ਦੇ ਵੱਲੋਂ ਗਲਤ ਕਦਮ ਲਿਆ ਗਿਆ, ਅਤੇ ਨਾਲ ਦੀ ਨਾਲ ਕੁਝ ਨੌਜਵਾਨਾਂ ਦਾ ਇਹ ਵੀ ਕਹਿਣਾ ਕਿ ਜੋ ਕੇਂਦਰ ਸਰਕਾਰ ਦਾ ਫੈਸਲਾ ਹੈ ਬੜਾ ਸਹੀ ਫੈਸਲਾ ਹੈ। ਸੋ ਕੁਝ ਹੋਰ ਨੌਜਵਾਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਜਾਣਦੇ ਹਾਂ ਕਿ ਜੰਮੂ ਕਸ਼ਮੀਰ ਤੋਂ ਧਾਰਾ 370 ਹਟਣਾ ਉਹਨਾਂ ਦੇ ਲਈ ਕੀ ਸੋਚਦੇ ਨੇ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਪੰਜਾਬ ਬੋਲਦਾ ਦੇ ਵਿੱਚ, ਅਤੇ ਕੁਝ ਹੋਰ ਨੌਜਵਾਨ ਮੌਜੂਦ ਨੇ। ਜਾਣਦੇ ਹਾਂ ਕਿ ਜੰਮੂ ਕਸ਼ਮੀਰ ਦੇ ਵਿੱਚੋਂ ਧਾਰਾ 370 ਹਟਾਉਣ ਦੇ ਨਾਲ ਜੰਮੂ ਕਸ਼ਮੀਰ ਦੇ ਦੋ ਟੋਟੇ ਹੋ ਗਏ ਨੇ, ਲੱਦਾਖ ਅਤੇ ਜੰਮੂ ਕਸ਼ਮੀਰ ਦੋਵਾਂ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਦਿੱਤਾ ਗਿਆ, ਅਤੇ ਇਸ ਨੂੰ ਲੈ ਕੇ ਪੰਜਾਬ ਦੇ ਨੌਜਵਾਨ ਦੇਸ਼ ਦੀ ਆਵਾਮ ਕੀ ਸੋਚਦੀ ਹੈ, ਨੌਜਵਾਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਕਿਸ ਤਰ੍ਹਾਂ ਦਾ ਰੁਝਾਨ ਜਾਂ ਕਿਸ ਤਰ੍ਹਾਂ ਦਾ ਉਹਨਾਂ ਦਾ ਰਿਵਿਊ ਹੈਗਾ ਹੈ ਇਸ ਨੂੰ ਲੈ ਕੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ? ਗੁਰਕੀਰਤ। ਅੱਛਾ ਗੁਰਕਿਰਤ, ਜਿਵੇਂ ਅੱਜ ਕੱਲ੍ਹ ਹਰ ਇੱਕ ਸੋਸ਼ਲ ਮੀਡੀਆ ਦੇ ਉੱਤੇ, ਹਰ ਇੱਕ ਚੈਨਲ ਦੇ ਉੱਤੇ, ਅਖਬਾਰਾਂ ਫਰੋੜ ਲਈਏ, ਜਿੰਨੇ ਵੀ ਨਿਊਜ਼ ਸਟੇਟਮੈਂਟ ਚੈਨਲਸ ਹੈਗੇ ਨੇ, ਜਿੰਨੇ ਤਕਰੀਬਨ ਹੈਗੇ ਨੇ, ਅੱਜ ਕੱਲ੍ਹ ਇੱਕੋ ਮੁੱਦਾ ਛਾਇਆ ਹੋਇਆ ਕਿ ਜੰਮੂ ਕਸ਼ਮੀਰ ਦੇ ਵਿੱਚੋਂ ਧਾਰਾ 370 ਹਟਾਈ ਗਈ ਹੈ। ਦੇਸ਼ ਦੇ ਵਿੱਚ ਚਰਚਾ ਹੈਗੀ ਹੈ ਕਿ ਕੀ ਇਸ ਦੇ ਨਾਲ ਪੰਜਾਬ ਦੇ ਵਿੱਚ, ਹਰਿਆਣਾ, ਚੰਡੀਗੜ੍ਹ ਦੇ ਵਿੱਚ ਜਾਂ ਕਸ਼ਮੀਰ ਦੇ ਵਿੱਚ ਧਾਰਾ 370 ਹਟਾਉਣ ਦੇ ਨਾਲ ਕਿਸ ਤਰ੍ਹਾਂ ਦਾ ਅਸਰ ਹੋਵੇਗਾ। ਤੁਹਾਨੂੰ ਕੀ ਲੱਗਦਾ ਕਿ ਧਾਰਾ 370 ਦਾ ਹਟਣਾ ਕਸ਼ਮੀਰ ਦੇ ਲਈ ਜਾਂ ਪੰਜਾਬ ਦੇ ਲਈ ਕਿਸ ਤਰ੍ਹਾਂ ਦਾ ਅਸਰ ਹੈਗਾ? ਗਵਰਨਮੈਂਟ ਨੂੰ ਲੱਗਦਾ ਹੋਊ ਕਿ ਉਹਨਾਂ ਦਾ ਬਹੁਤ ਸਹੀ ਸਟੈਪ ਹੈ ਕਿ ਉਹ ਯੂਨੀਅਨ ਟੈਰੇਟਰੀ ਬਣਾਉਣਗੇ, ਕਿ ਉਹਨਾਂ ਕੋਲ ਅੱਧੇ ਡਿਪਾਰਟਮੈਂਟ ਉਹਨਾਂ ਕੋਲ ਚਲ ਜਾਣਗੇ, ਜਿੱਦਾਂ ਦਿੱਲੀ ਆ ਸਪੋਜ਼ ਕਰੋ ਕਿ ਪੁਲਿਸ ਉਹਨਾਂ ਕੋਲ ਆਜੂ, ਉਹ ਜਿੱਦਾਂ ਪਹਿਲਾਂ ਕੋਨਸਟੀਟਿਊਸ਼ਨ ਅਲੱਗ ਸੀਗਾ J&K ਦਾ, ਉਹਨਾਂ ਦਾ ਫਲੈਗ ਵੀ ਅਲੱਗ ਸੀ ਕਿਉਂਕਿ ਟ੍ਰੀਟੀਜ਼ ਹੋਈਆਂ ਹੋਈਆਂ ਨੇ, ਕਿ ਉਹਨਾਂ ਨੇ ਪਹਿਲਾਂ ਹੀ ਟ੍ਰੀਟੀਜ਼ ਕੀਤੀਆਂ ਸੀਗੀਆਂ ਕਿ ਸਾਨੂੰ ਕੁਛ ਇੱਦਾਂ ਦੇ ਰਾਈਟਸ ਮਿਲਣੇ ਚਾਹੀਦੇ ਆ, ਅਤੇ 370 ਤਾਂ ਹੀ ਕੋਨਸਟੀਟਿਊਸ਼ਨ 'ਚ ਪਾਇਆ ਗਿਆ ਸੀਗਾ। ਅਤੇ ਬਟ ਮੈਨੂੰ ਨਹੀਂ ਲੱਗਦਾ ਕਿ ਇਹ ਕੋਈ ਜ਼ਿਆਦਾ ਫਾਇਦੇਮੰਦ ਹੋਊਗੀ ਇਹ ਚੀਜ਼, ਯੂਨੀਅਨ ਟੈਰੇਟਰੀ ਬਣਾਉਣ ਕਰਕੇ ਇਹ ਚੀਜ਼ ਜਿਵੇਂ ਟੈਰਰਿਜ਼ਮ ਦਾ ਮੁੱਦਾ ਹੈ, ਇਹ ਇੰਨੀ ਛੇਤੀ ਹੱਲ ਨਹੀਂ ਹੋਣਾ ਕਿ ਯੂਨੀਅਨ ਟੈਰੇਟਰੀ ਬਣਾਊਗੀ, ਸੈਂਟਰ ਗਵਰਨਮੈਂਟ ਉੱਥੇ ਜਾ ਕੇ ਕਰ ਦੂਗੀ ਮਿਲੀਟੈਂਟਸ ਦਾ ਹੱਲ। ਬਟ ਮੈਨੂੰ ਇਹ ਫੈਸਲਾ ਗਲਤ ਲੱਗਦਾ ਹੈ, ਅਤੇ ਮੇਰਾ ਇਹ ਵੀ ਹੈ। ਅੱਛਾ, ਜਿਵੇਂ ਤੁਸੀਂ ਗੱਲ ਕੀਤੀ ਹੈਗੀ ਹੈ ਕਿ ਇਸ ਦੇ ਨਾਲ ਜੋ ਅੱਤਵਾਦੀ ਗਤੀਵਿਧੀਆਂ ਹੈਗੀਆਂ ਨੇ ਜੰਮੂ ਕਸ਼ਮੀਰ ਦੇ ਵਿੱਚ, ਕਾਫੀ ਲੰਬੇ ਸਮੇਂ ਤੋਂ ਅੱਤਵਾਦ ਜਾਂ ਉੱਥੇ ਪੱਥਰਬਾਜ਼ੀ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ, ਹੁਣ ਕੇਂਦਰ ਸਰਕਾਰ ਕਹਿੰਦੀ ਹੈ ਕਿ ਜੋ ਧਾਰਾ 370 ਹਟਾਈ ਹੈ, ਜਿਹੜਾ ਵਿਸ਼ੇਸ਼ ਦਰਜਾ ਦਿੱਤਾ ਜਾਂਦਾ ਸੀ ਕਸ਼ਮੀਰ ਨੂੰ, ਉਹ ਹੁਣ ਖਤਮ ਹੋ ਗਿਆ, ਹੁਣ ਕੇਂਦਰ ਦੇ ਸਿੱਧਾ ਅਧਿਕਾਰ ਖੇਤਰ ਦੇ ਵਿੱਚ ਹੈਗਾ, ਅਤੇ ਪਹਿਲਾਂ ਵੀ ਕੇਂਦਰ ਵੱਲੋਂ ਉੱਥੇ ਜਿਹੜੀ ਹੈ ਉਹ ਫੌਜ ਦੇ ਰਾਹੀਂ ਸਿਵਲ ਪ੍ਰੋਟੈਕਸ਼ਨ ਕੀਤੀ ਜਾਂਦੀ ਸੀਗੀ, ਫੌਜ ਦੇ ਰਾਹੀਂ ਅੱਤਵਾਦ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਸੀ। 370 ਦੇ ਹਟਣ ਦੇ ਨਾਲ ਅੱਤਵਾਦ ਖਤਮ ਕਿਵੇਂ ਹੋਵੇਗਾ? ਇੱਕ ਮਿਲਟਰੀ ਲਾਣੀ ਅਲੱਗ ਚੀਜ਼ ਆ, ਇੱਕ ਗਵਰਨਮੈਂਟ ਉੱਥੇ ਦੇ ਡਿਪਾਰਟਮੈਂਟ ਗਵਰਨਮੈਂਟ ਕੋਲ, ਸੈਂਟਰ ਗਵਰਨਮੈਂਟ ਕੋਲ, ਪੁਲਿਸ ਗਵਰਨਮੈਂਟ ਕੋਲ ਹੋ ਜੂਗੀ ਪਹਿਲਾਂ, ਕਿਉਂਕਿ ਅਲੱਗ ਪੁਲਿਸ ਸੀ J&K ਦੀ,
ਮੈਨੂੰ ਲੱਗਦਾ ਕਿ ਲੋਕਲ ਜਦੋਂ ਉੱਥੋਂ ਦੇ ਲੋਕ ਹੋਣਗੇ ਪੁਲਿਸ ਦੇ ਵਿੱਚ ਜਿਹੜੇ ਜਿਹੜੇ ਸੈਂਟਰ ਗਵਰਨਮੈਂਟ ਨੂੰ ਅਨਸਰੇਬਲ ਨੇ, ਤਾਂ ਸ਼ਾਇਦ ਉਹਨਾਂ ਨੂੰ ਲੱਗਦਾ ਹੋਊਗਾ ਕਿ ਸਾਡੀ ਡਾਇਰੈਕਟ ਅਪਰੋਚ ਹੋ ਗਈ ਉਹਨਾਂ ਤੱਕ, ਅਤੇ ਇਹ ਹੋ ਸਕਦਾ ਜੀ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ ਤੁਹਾਡਾ? ਰਾਜਕਰਨ ਜੀ। ਅੱਛਾ ਰਾਜਕਰਨ, ਜਿਵੇਂ ਜੰਮੂ ਕਸ਼ਮੀਰ ਦੇ ਵਿੱਚ ਧਾਰਾ 370 ਹਟਾਈ ਗਈ ਹੈ, ਕਿਵੇਂ ਦਾ ਫੈਸਲਾ ਕੇਂਦਰ ਸਰਕਾਰ ਦਾ, ਸਹੀ ਮੰਨਦੇ ਹੋ ਜਾਂ ਗਲਤ ਮੰਨਦੇ ਹੋ? ਜੀ ਆਪਾਂ ਬਿਲਕੁਲ ਉਹਨੂੰ ਗਲਤ ਮੰਨਦੇ ਹਾਂ ਜੀ। ਅਸਲ 'ਚ ਉਹਨਾਂ ਨੇ ਆਪਣਾ ਕੰਟਰੋਲ ਬਣਾਉਣਾ ਸੀਗਾ ਜੰਮੂ ਕਸ਼ਮੀਰ ਦੇ ਵਿੱਚ ਵੀ, ਉਹਨਾਂ ਨੂੰ ਮਿਲਦਾ ਨਹੀਂ ਸੀ ਪਿਆ ਉਹ, ਅਤੇ ਇਸ ਕਰਕੇ ਉਹਨਾਂ ਨੇ ਆਪਣੀ ਉੱਥੇ ਸੈਂਟਰ ਗੌਰਮੈਂਟ ਨੇ ਉੱਥੇ ਯੂਨੀਅਨ ਟੈਰੀਟਰੀਆਂ ਬਣਾ ਦਿੱਤੀ, ਉੱਥੇ ਆਪਣਾ ਕੰਟਰੋਲ ਲੈਣ ਦੇ ਲਈ ਉਹਨਾਂ ਨੇ ਇੰਨਾ ਕੁਛ ਕਰ ਲਿਆ। ਕ੍ਰਿਟੀਕਲੀ ਕਿਸੇ ਚੀਜ਼ ਨੂੰ ਐਨਾਲਾਈਜ਼ ਨਹੀਂ ਕਰਦੀ ਚੰਗੀ ਤਰ੍ਹਾਂ, ਬੀਜੇਪੀ ਗੌਰਮੈਂਟ ਨਾ GST ਨੂੰ ਕੀਤਾ, ਨਾ ਡੀਮੋਨੀਟਾਈਜੇਸ਼ਨ ਨੂੰ ਕੀਤਾ, ਅਤੇ ਹੁਣ ਆਹ ਕੰਮ ਕਰਤਾ, ਅਤੇ ਉਹਦੇ ਨਾਲ ਮੈਨੂੰ ਨਹੀਂ ਲੱਗਦਾ ਵੀ ਟੈਰਰਿਜ਼ਮ ਕਿਤੇ ਕੰਟਰੋਲ ਹੋਊਗਾ, ਕਿਉਂਕਿ ਮੋਦੀ ਗੌਰਮੈਂਟ ਦੇ ਅਗੇਂਸਟ ਤਾਂ ਪਹਿਲਾਂ ਹੀ ਪਾਕਿਸਤਾਨ ਜ਼ਿਆਦਾ ਹੋ ਗਿਆ ਇਸ ਟਾਈਮ, ਅਤੇ ਜੇ ਤੁਸੀਂ ਉੱਤੇ ਜੰਮੂ ਕਸ਼ਮੀਰ ਵਰਗੀ ਥਾਂ ਉੱਤੇ ਜੋ ਇੰਨੀ ਆਪਣਾ ਕੀ ਕਹਿੰਦੇ ਆ ਸੌਫਟ ਕੋਰਨਰ ਜਿਹਾ ਹੈਗਾ ਕਹਿ ਲਓ ਇੰਡੀਆ ਦਾ, ਵੀ ਜੇ ਉੱਥੇ ਆਹ ਕੰਮ ਕਰਨਗੇ ਤਾਂ ਉੱਥੇ ਤਾਂ ਫਿਰ ਆਪਣੇ ਆਪ ਹੀ ਦੂਜੇ ਜਿਹੜੀ ਗਤੀਵਿਧੀਆਂ ਉਹ ਵਧਣਗੀਆਂ ਉਹਨਾਂ ਦੇ ਅਗੇਂਸਟ, ਅਤੇ ਫਿਰ ਬਿਲਕੁਲ ਆਪਣੇ ਹਿਸਾਬ ਨਾਲ ਤਾਂ ਗਲਤ ਕੀਤਾ ਗਿਆ, ਕਿਤੇ ਨਾ ਕਿਤੇ ਤੁਸੀਂ ਇਸ ਫੈਸਲੇ ਨੂੰ ਗਲਤ ਕਰਾਰ ਦੇ ਰਹੇ ਹੈਗੇ। ਅੱਛਾ, ਦੂਜਾ ਸਵਾਲ ਇਹ ਹੈ ਕਿ ਇਸ ਜਿਵੇਂ 370 ਹਟਾ ਦਿੱਤੀ ਗਈ ਹੈਗੀ ਹੈ, ਇਸ ਦੇ ਨਾਲ ਜੰਮੂ ਕਸ਼ਮੀਰ ਦੇ ਵਿੱਚ ਕਿਹਾ ਜਾਂਦਾ ਸੀ ਕਿ ਜੋ ਜਦੋਂ ਵਿਸ਼ੇਸ਼ ਰਾਜ ਦਾ ਦਰਜਾ ਮਿਲਿਆ ਹੋਇਆ ਸੀਗਾ ਤਾਂ ਉਦੋਂ ਉੱਥੇ ਜਾ ਕੇ ਕੋਈ ਵੀ ਆਪਣੀ ਜ਼ਮੀਨ ਜਿਹੜੀ ਹੈ ਨਹੀਂ ਖਰੀਦ ਸਕਦਾ ਸੀ, ਕਿਸੇ ਤਰੀਕੇ ਦੇ ਨਾਲ ਆਪਣਾ ਅਧਿਕਾਰ ਨਹੀਂ ਸੀ ਜਮਾ ਸਕਦਾ ਹੈਗਾ। ਹੁਣ ਕਿਹਾ ਜਾ ਰਿਹਾ ਕਿ ਕੋਈ ਵੀ ਉੱਥੇ ਜਾ ਕੇ ਅਧਿਕਾਰ ਜਮਾ ਸਕਦਾ ਹੈ, ਬਿਜ਼ਨਸ ਕਰ ਸਕਦਾ ਜਾਂ ਕੋਈ ਵੀ ਹੋਰ ਕੰਮ ਕਰ ਸਕਦਾ ਜੋ ਪਹਿਲਾਂ ਨਹੀਂ ਸੀ ਹੁੰਦੇ। ਹੁਣ ਇੱਕ ਸਵਾਲ ਇਹ ਹੈਗਾ ਕਿ ਦੇਸ਼ ਦੇ ਵਿੱਚ ਤਾਂ ਪਹਿਲਾਂ ਹੀ ਇਹੋ ਜਿਹੀ ਹਾਹਾਕਾਰ ਮਚੀ ਹੋਈ ਹੈ ਜ਼ਮੀਨਾਂ ਆਪਣੇ ਰਾਜ ਦੇ ਵਿੱਚ ਲੈਣ ਤੋਂ ਲੋਕ ਅਸਮਰੱਥ ਹੈਗੇ ਨੇ, ਜੰਮੂ ਕਸ਼ਮੀਰ ਦੇ ਵਿੱਚ ਜ਼ਮੀਨਾਂ ਲੈਣ ਦੇ ਨਾਲ ਜਾਂ ਜਿਹੜੇ ਦੂਜੇ ਸਟੇਟਸ ਹੈਗੀਆਂ ਨੇ ਜਿਵੇਂ ਪੰਜਾਬ ਹੈਗਾ ਹੈ, ਹਿਮਾਚਲ ਹੈ, ਹਰਿਆਣਾ ਹੈਗਾ ਹੈ, ਚੰਡੀਗੜ੍ਹ ਦੇ ਲੋਕ ਨੇ, ਤਾਂ ਇਹਨਾਂ ਨੂੰ ਇਸ ਧਾਰਾ 370 ਦਾ ਫਾਇਦਾ ਕਿਵੇਂ ਹੋਵੇਗਾ ਹਟਣ ਦਾ? ਨੋਰਮਲ ਬੰਦਿਆਂ ਨੂੰ ਇਹਦਾ ਕੋਈ ਖਾਸ ਫਾਇਦਾ ਨਹੀਂ ਹੈਗਾ। ਉਹਨਾਂ ਨੇ ਤੁਸੀਂ ਜੇ ਨਿਊਜ਼ 'ਚ ਵੀ ਪੜ੍ਹੋ, ਉਹਨਾਂ ਨੇ ਕਿਹਾ ਸੀ ਵੀ ਇਕੋਨਮੀ ਇੱਥੋਂ ਦੀ ਡੈਵਲਪ ਹੋਊਗੀ ਜਾਂ ਕੁਛ ਹੋਊਗਾ, ਉਹਨਾਂ ਨੇ ਵੱਡੇ ਬਿਜ਼ਨਸ ਹਾਊਸਿਸ ਨੂੰ ਉੱਥੇ ਜ਼ਮੀਨਾਂ ਸਸਤੀਆਂ ਦੇ ਦੇਣੀਆਂ ਨੇ, ਉੱਥੇ ਆਪਣੇ ਹੋਟਲ ਬਣਾ ਲੈਣਗੇ ਜਾਂ ਕੋਈ ਫੈਕਟਰੀਆਂ ਲਾ ਲੈਣਗੇ, ਉੱਥੇ ਉਹ ਹਾਲ ਹੋਣਾ। ਕੀ ਨਾਮ ਹੈ ਤੁਹਾਡਾ? ਅਰਸ਼ਦੀਪ। ਅੱਛਾ ਅਰਸ਼, 370 ਧਾਰਾ ਹਟਾਈ ਗਈ ਹੈ ਜੰਮੂ ਕਸ਼ਮੀਰ ਦੇ ਵਿੱਚ, ਜੇਕਰ ਤੁਹਾਡੇ ਕੋਲੋਂ ਮੈਂ ਨਿੱਜੀ ਤੌਰ 'ਤੇ ਪੁੱਛਿਆ ਤਾਂ ਫੈਸਲਾ ਜਿਹੜਾ ਕੇਂਦਰ ਸਰਕਾਰ ਦਾ ਉਹ ਸਹੀ ਮੰਨਦੇ ਹੋ ਜਾਂ ਫਿਰ ਗਲਤ? ਹਾਲਾਂਕਿ ਕੇਂਦਰ ਸਰਕਾਰ ਕਹਿੰਦੀ ਹੈ ਕਿ ਜੋ ਵਿਸ਼ੇਸ਼ ਰਾਜ ਦਾ ਦਰਜਾ ਦਿੱਤਾ ਗਿਆ ਸੀ ਉਸ ਦੇ ਨਾਲ ਉੱਥੇ ਵਿਕਾਸ ਨਹੀਂ ਸੀ ਹੋ ਰਿਹਾ, ਅੱਤਵਾਦ ਲਗਾਤਾਰ ਪੈਰ ਪਸਾਰ ਰਿਹਾ ਸੀ, ਹੋਰ ਗਤੀਵਿਧੀਆਂ ਦੇ ਵਿੱਚ ਲਗਾਤਾਰ ਕਸ਼ਮੀਰੀਆਂ ਦੀ ਜਿਹੜੀ ਸ਼ਮੂਲੀਅਤ ਸੀ, ਅਤੇ ਹੁਣ ਧਾਰਾ 370 ਹਟਾ ਦਿੱਤੀ ਗਈ ਹੈ, ਹਾਲਾਂਕਿ ਪਹਿਲੇ ਕਾਰਜਕਾਲ ਦੇ ਵਿੱਚ ਨਹੀਂ ਹਟਾਈ ਗਈ ਕੇਂਦਰ ਸਰਕਾਰ ਦੇ ਭਾਜਪਾ ਦੇ, ਅਤੇ ਹੁਣ ਦੂਜੇ ਕਾਰਜਕਾਲ ਦੇ ਵਿੱਚ ਆਉਂਦੇ ਹੀ ਫੈਸਲਾ ਲੈ ਦਿੱਤਾ, ਅੱਤਵਾਦ ਕਿਵੇਂ ਖਤਮ ਹੋਵੇਗਾ? ਦੇਖੋ ਜੀ, ਇਹ ਫੈਸਲਾ ਵੈਸੇ ਕਿਸੇ ਪੱਖੋਂ ਠੀਕ ਵੀ ਹੈ ਅਤੇ ਗਲਤ ਵੀ ਹੈ। ਠੀਕ ਹੈ, ਇਹ ਠੀਕ ਇਸ ਪੱਖ ਤੋਂ ਹੈ ਕਿਉਂਕਿ ਜੇ ਉੱਧਰ ਜ਼ਮੀਨਾਂ ਲੈਣਗੇ ਅਮੀਰ ਲੋਕ ਹੋਣਗੇ, ਪਾਪੂਲੇਸ਼ਨ ਵਧੂਗੀ, ਠੀਕ ਹੈ, ਆਪਾਂ ਨੂੰ ਇਨਕਮ ਦਾ ਫਾਇਦਾ ਹੋਊਗਾ ਕੁਛ, ਠੀਕ ਹੈ। ਅਤੇ ਆਪਾਂ ਨੂੰ ਗਲਤ ਇਸ ਪੱਖੋਂ ਹੈ ਵੀ ਆਪਾਂ ਨੂੰ ਕੋਈ ਇੱਧਰ ਉਹ ਨਹੀਂ ਮਿਲ ਰਿਹਾ, ਲੋਕ ਸਟ੍ਰਾਈਕਾਂ ਕਰ ਰਹੇ ਨੇ ਨਾ, ਅਤੇ ਇੱਧਰ ਕਰ ਰਹੇ ਨੇ ਸਟ੍ਰਾਈਕਾਂ, ਫਿਰ ਕੀ ਹੋ ਗਿਆ? ਸਰਕਾਰ ਨੇ ਕੁਛ ਇੱਕ ਹੀ ਫੈਸਲਾ ਲਿੱਤਾ ਹੋਊਗਾ ਨਾ, ਠੀਕ ਹੈ, ਉਹ ਇੱਕ ਪੱਖੋਂ ਠੀਕ ਨੇ, ਉਹਨਾਂ ਨੇ ਸੋਚਿਆ ਹੋਣਾ ਕੁਛ ਇੱਦਾਂ, ਫਿਰ ਹੀ ਫੈਸਲਾ ਲਿੱਤਾ ਗਿਆ ਨਾ, ਇੱਦਾਂ ਕੋਈ ਫੈਸਲਾ ਨਹੀਂ ਲਿੱਤਾ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸੋ ਨੌਜਵਾਨਾਂ ਦੇ ਨਾਲ ਗੱਲਬਾਤ ਕੀਤੀ ਹੈ, ਨੌਜਵਾਨਾਂ ਦਾ ਇਹੋ ਕਹਿਣਾ ਕਿ ਜੋ ਕੇਂਦਰ ਸਰਕਾਰ ਦੇ ਵੱਲੋਂ ਫੈਸਲਾ ਲਿਆ ਗਿਆ ਹੈ, ਜੰਮੂ ਕਸ਼ਮੀਰ ਦਾ ਵਿਸ਼ੇਸ਼ ਰਾਜ ਦਾ ਦਰਜਾ ਖੋਲ੍ਹਿਆ ਗਿਆ, ਹਾਲਾਂਕਿ 370 ਹਟਾ ਦਿੱਤੀ ਗਈ ਹੈ, ਕਿਤੇ ਨਾ ਕਿਤੇ ਜੋ ਕੇਂਦਰ ਸਰਕਾਰ ਦਾ ਫੈਸਲਾ ਹੈ ਉਹ ਜਲਦਬਾਜ਼ੀ ਦੇ ਨਾਲ ਲਿਆ ਹੋਇਆ ਫੈਸਲਾ ਹੈ। ਕੁਝ ਨੌਜਵਾਨ ਇਹ ਵੀ ਕਹਿ ਰਹੇ ਨੇ ਕਿ ਸਰਕਾਰ ਨੇ ਜੋ ਕੁਝ ਵੀ ਕੀਤਾ ਹੈ ਸੋਚ ਸਮਝ ਕੇ ਕੀਤਾ ਹੈ, ਕਿਤੇ ਨਾ ਕਿਤੇ ਕਸ਼ਮੀਰ ਨੂੰ, ਕਸ਼ਮੀਰ ਦੇ ਨਾਲ ਲੱਗਦੇ ਰਾਜਾਂ ਨੂੰ, ਪੂਰੇ ਭਾਰਤ ਨੂੰ ਇਸ ਦਾ ਫਾਇਦਾ ਹੋਣ ਵਾਲਾ ਹੈ। ਸੋ ਇੱਥੇ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਪੰਜਾਬ ਬੋਲਦਾ ਦੇ ਵਿੱਚ। ਲਗਾਤਾਰ ਲੋਕਾਂ ਦੇ ਨਾਲ, ਨੌਜਵਾਨਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਕਿ ਆਖਿਰ ਜੰਮੂ ਕਸ਼ਮੀਰ ਦੇ ਵਿੱਚੋਂ ਧਾਰਾ 370 ਹਟਣ ਦੇ ਨਾਲ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਕੀ ਫਾਇਦੇ ਹੋਣਗੇ, ਕੀ ਨੁਕਸਾਨ ਹੋਣਗੇ, ਅਤੇ ਕਿਸ ਤਰ੍ਹਾਂ ਦਾ ਜਿਹੜਾ ਫੈਸਲਾ ਕੇਂਦਰ ਸਰਕਾਰ ਦੇ ਵੱਲੋਂ ਲਿਆ ਹੋਇਆ ਹੈ ਇਸ ਨੂੰ ਲੈ ਕੇ ਨੌਜਵਾਨ ਲੋਕ ਕੀ ਸੋਚ ਰਹੇ ਨੇ, ਇਹ ਜਾਣ ਰਹੇ ਹਾਂ। ਅਤੇ ਹਾਲਾਂਕਿ ਵੱਖੋ ਵੱਖ ਪ੍ਰਤੀਕਰਮ ਲੋਕਾਂ ਦੇ ਸਾਹਮਣੇ ਆ ਰਹੇ ਨੇ, ਕੁਝ ਨੌਜਵਾਨ ਮੌਜੂਦ ਨੇ, ਜਾਣਦੇ ਹਾਂ ਕਿ 370 ਦਾ ਹਟਣਾ ਪੰਜਾਬ, ਹਰਿਆਣਾ ਜਾਂ ਪੂਰੇ ਮੁਲਕ ਦੇ ਲਈ ਕਿਸ ਤਰ੍ਹਾਂ ਦਾ ਸੰਦੇਸ਼ ਹੈ, ਅਤੇ ਫੈਸਲਾ ਕਿਵੇਂ ਦਾ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਜਸ਼ਨ ਕੰਬੋਜ ਹੈ ਜੀ। ਅੱਛਾ ਜਸ਼ਨ, ਜਿਵੇਂ ਜੰਮੂ ਕਸ਼ਮੀਰ ਦੇ ਵਿੱਚੋਂ ਧਾਰਾ 370 ਹਟਾਈ ਗਈ ਹੈ, ਪਹਿਲਾਂ ਕੇਂਦਰ ਸਰਕਾਰ ਦੇ ਵੱਲੋਂ ਜਿਹੜੀ ਹੈ ਤੀਰਥ ਯਾਤਰਾ ਵੀ ਰੋਕੀ ਗਈ ਜੰਮੂ ਕਸ਼ਮੀਰ ਦੇ ਵਿੱਚੋਂ, ਲੋਕਾਂ ਨੂੰ ਬਾਹਰ ਜਾਣ ਦੇ ਲਈ ਕਿਹਾ ਗਿਆ, ਉੱਥੋਂ ਲੋਕਾਂ ਦੇ ਲਈ ਜਿਹੜੇ ਹੈ ਉਸ ਸੁਰੱਖਿਆ ਫੋਰਸ ਵੀ ਵਧਾ ਦਿੱਤੀ ਹੈ, ਲੋਕਾਂ ਦੀ ਸੁਰੱਖਿਆ ਵੀ ਵਧਾਈ ਗਈ ਹੈ, ਅਤੇ ਹੁਣ ਇਹ ਇੱਕੋਦਮ ਫੈਸਲਾ ਆਉਂਦਾ ਕਿ ਜੰਮੂ ਕਸ਼ਮੀਰ ਦੇ
ਹਟਾਈ ਜਾਂਦੀ ਹੈ, ਫੈਸਲਾ ਕਿਵੇਂ ਦਾ? ਐਕਚੁਅਲੀ ਜਿਹੜਾ ਇਹ ਫੈਸਲਾ, ਜਿੱਦਾਂ ਉਹਨਾਂ ਨੇ ਕਿਹਾ ਕਿ ਜਿਹੜੀ ਸਾਡੀ ਸਟੇਟ ਹੈ ਇਹਨੂੰ ਇੱਕਦਮ ਖਾਲੀ ਕਰ ਦਿੱਤਾ ਜਾਵੇ, ਔਨ ਦਾ ਸਪੋਟ ਫੈਸਲਾ ਲਿਆ ਗਿਆ ਹੈ, ਅਤੇ ਉਹਦੇ ਕਰਕੇ ਕਿ ਜਿਹੜੀਆਂ ਏਅਰਲਾਈਨ ਸੀਗੀਆਂ ਉਹਨਾਂ ਨੂੰ ਵੀ ਰੋਕ ਦਿੱਤਾ ਗਿਆ ਵੀ ਤੁਸੀਂ ਉੱਥੇ ਫਲਾਈਟ ਤੱਕ ਨਹੀਂ ਲੈ ਕੇ ਜਾਣੀਆਂ ਗੀਆਂ, ਅਤੇ ਤਾਂ ਕਿ ਜਿਹੜੇ ਲੋਕ ਆ ਉੱਥੋਂ ਦੇ ਉਹ ਰੈਸਕਿਊ ਵੀ ਪ੍ਰੋਪਰ ਨਹੀਂ ਹੋ ਪਾ ਰਹੇ ਜਿਹੜੇ ਮਤਲਬ, ਅਤੇ ਮੇਰਾ ਇਹ ਮੰਨਣਾ ਹੈ ਕਿ ਬਹੁਤ ਜਲਦਬਾਜ਼ੀ 'ਚ ਫੈਸਲਾ ਲਿਆ ਗਿਆ ਅਤੇ ਬਿਨਾਂ ਸੋਚੇ ਸਮਝੇ ਫੈਸਲਾ ਲਿਆ ਗਿਆ। ਅੱਛਾ, ਦੂਜੀ ਗੱਲ ਇਹ ਹੈਗੀ ਹੈ ਕਿ ਜਿਵੇਂ ਕਿਹਾ ਜਾਂਦਾ ਕਿ ਜੰਮੂ ਕਸ਼ਮੀਰ ਨੂੰ ਹੁਣ ਦੇਸ਼ ਦਾ ਅਟੁੱਟ ਅੰਗ ਬਣਾ ਦਿੱਤਾ ਗਿਆ ਹੈ, ਜੰਮੂ ਕਸ਼ਮੀਰ ਦੇ ਲੋਕ ਖੁਸ਼ ਨੇ ਕਹਿ ਰਹੇ ਨੇ, ਕੁਝ ਲੱਦਾਖ ਦੇ ਕਹਿ ਰਹੇ ਨੇ ਕਿ ਅਸੀਂ ਖੁਸ਼ ਨੇ, ਹਾਲਾਂਕਿ ਪੋਲੀਟਿਕਸ ਕਹਿ ਰਹੀ ਹੈ, ਪਰ ਸਵਾਲ ਇਹ ਹੈ ਕਿ ਧਾਰਾ 370 ਲੱਗਣ ਤੋਂ ਪਹਿਲਾਂ, ਜਦੋਂ ਧਾਰਾ 370 ਲੱਗੀ ਹੋਈ ਸੀ ਕਸ਼ਮੀਰ ਦੇ ਵਿੱਚ, ਉਦੋਂ ਜੰਮੂ ਕਸ਼ਮੀਰ ਦੇਸ਼ ਦਾ ਅਟੁੱਟ ਅੰਗ ਹੈਗਾ ਨਹੀਂ ਸੀ? ਨਹੀਂ ਜੀ, ਦੇਖੋ ਜਿੱਦਾਂ ਕਿ ਹੁਣ ਇਹਨਾਂ ਨੇ ਕਹਿ ਦਿੱਤਾ ਕਿ ਅਸੀਂ ਉੱਥੇ ਆਰਮੀ ਵਧਾ ਦਿੱਤੀ ਹੈ ਅਤੇ ਉੱਥੋਂ ਜਿਹੜੇ ਟੈਰਰਿਸਟ ਐਕਟੀਵਿਟੀਜ਼ ਹੈ ਉਹ ਅਸੀਂ ਬੰਦ ਕਰ ਦਿਆਂਗੇ, ਮਤਲਬ ਇਹਦਾ ਮਤਲਬ ਇਹ ਥੋੜ੍ਹੀ ਹੈ ਕਿ ਇਹ ਪਹਿਲਾਂ ਇਹੀ ਚਲਾ ਰਹੇ ਸੀਗੇ, ਉਹ ਤਾਂ ਜੇ ਟੈਰਰਿਸਟ ਜੇ ਕਿਤੋਂ ਆ ਰਹੇ ਆ ਆਪਦਾ ਜੋ ਵੀ ਕਰ ਰਹੇ ਹੈ ਉਹ ਤਾਂ ਹੁਣੇ ਵੀ ਕਰਨਗੇ, ਜੇ ਉਹਨਾਂ ਨੇ ਕਰਨਾ ਤਾਂ ਕਰੀ ਜਾਣਗੇ ਜੋ ਵੀ। ਅੱਛਾ, ਤੁਸੀਂ ਕਹਿ ਰਹੇ ਹੋ ਕਿ ਹਲੇ ਵੀ ਬੰਦ ਨਹੀਂ ਹੋਣੀ ਹੈ, ਜੋ ਮਰਜ਼ੀ ਕਰ ਲੈਣ? ਬਿਲਕੁਲ, ਇੱਦਾਂ ਨਹੀਂ ਬੰਦ ਹੋਣਗੀਆਂ। ਅੱਛਾ, ਦੂਜੀ ਗੱਲ ਇਹ ਹੈ ਕਿ ਲਗਾਤਾਰ ਸਵਾਲ ਉਠਾਏ ਜਾ ਰਹੇ ਨੇ ਮੁਲਕ ਭਰ ਦੇ ਕੁਝ ਲੋਕ ਜਾਂ ਵੱਖੋ ਵੱਖ ਰਾਜਨੀਤਿਕ ਪਾਰਟੀਆਂ ਦੇ ਲੋਕ ਸਵਾਲ ਉਠਾ ਰਹੇ ਨੇ, ਪਰ ਲੋਕ ਵੀ ਸਵਾਲ ਉਠਾ ਰਹੇ ਨੇ। ਲੋਕਾਂ ਦਾ ਕਹਿਣਾ ਹੈ ਕਿ ਜੋ ਫੈਸਲਾ ਲਿਆ ਗਿਆ ਉਹ ਜਲਦਬਾਜ਼ੀ ਦੇ ਵਿੱਚ ਲਿਆ ਗਿਆ ਫੈਸਲਾ ਹੈ, ਪਰ ਇਸ ਦੇ ਨਾਲ ਜੇਕਰ ਮੈਂ ਪੰਜਾਬ ਜਾਂ ਹੋਰ ਦੂਜੇ ਸੂਬਿਆਂ ਦੀ ਗੱਲ ਕਰਾਂ ਤਾਂ ਉਹਨਾਂ ਨੂੰ ਫਾਇਦਾ ਕਿਵੇਂ ਦਾ ਹੋਵੇਗਾ, ਕਿਵੇਂ ਉਹ ਆਪਣਾ ਬਿਜ਼ਨਸ ਵਧਾਉਣਗੇ ਜਾਂ ਕਿਸ ਤਰ੍ਹਾਂ ਦੇ ਫਾਇਦੇ 370 ਦੇ ਹਟਣ ਦੇ ਨਾਲ ਹੈਗੇ? ਐਕਚੁਅਲੀ ਜਿੱਦਾਂ ਜੰਮੂ ਕਸ਼ਮੀਰ 'ਚ ਪਹਿਲਾਂ ਤੋਂ ਟੈਰਰਿਸਟ ਐਕਟੀਵਿਟੀਜ਼ ਚੱਲ ਰਹੀਆਂ ਹੈ, ਅਤੇ ਲੋਕ ਆਪਾਂ ਦੇਖੀਦਾ ਵੀ ਇੱਥੋਂ ਕੋਈ ਵੀ ਉੱਥੇ ਜਾ ਕੇ ਕੋਈ ਪੈਸੇ ਇਨਵੈਸਟ ਕਰਕੇ ਜਾਂ ਕੋਈ ਬਿਜ਼ਨਸ ਕਰਕੇ ਰਾਜ਼ੀ ਨਹੀਂ ਸੀਗਾ, ਅਤੇ ਹਜੇ ਵੀ ਜਿੰਨੀ ਦੇਰ ਮਤਲਬ ਹਜੇ ਚੀਜ਼ਾਂ ਹਜੇ ਤਾਂ ਨਵਾਂ ਨਵਾਂ ਫੈਸਲਾ, ਹਜੇ ਜਿਵੇਂ ਉਹਦਾ ਰਿਐਕਸ਼ਨ ਆਊਗਾ ਅਤੇ ਜੇ ਚੀਜ਼ਾਂ ਲੋਕਾਂ ਨੂੰ ਸਟੇਬਲ ਲੱਗਣਗੀਆਂ ਤਾਂ ਫਿਰ ਲੋਕ ਤਾਂ ਹੀ ਉੱਥੇ ਇਨਵੈਸਟ ਕਰਨਗੇ ਜਾਂ ਆਪਦਾ ਬਿਜ਼ਨਸ ਕਰਨਗੇ, ਨਹੀਂ ਤਾਂ ਇੱਦਾਂ ਤਾਂ ਉੱਥੇ ਜਿਵੇਂ ਐਕਟੀਵਿਟੀਜ਼ ਹੁੰਦੀਆਂ ਇੱਦਾਂ ਕੋਈ ਵੀ ਨਹੀਂ ਜਾਊਗਾ ਜੀ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਤੁਹਾਡਾ? ਪ੍ਰਗਟ ਆ ਜੀ ਮੇਰਾ ਨਾਮ। ਅੱਛਾ ਪ੍ਰਗਟ, ਜੰਮੂ ਕਸ਼ਮੀਰ ਦੇ ਵਿੱਚੋਂ 370 ਹਟਾਈ ਗਈ ਹੈ, ਕਿਵੇਂ ਦਾ ਫੈਸਲਾ ਹੈ? ਫੈਸਲਾ ਇਹ ਬੜੇ ਇਲੀਗਲ ਟਾਈਪ ਨਾਲ ਲਿਆ ਗਿਆ। ਜੇ ਇਹੀ ਫੈਸਲਾ ਥੋੜ੍ਹਾ ਜਿਹਾ ਲੋਕਾਂ ਨੂੰ ਸੂਚਿਤ ਕਰਕੇ ਲਿਆ ਜਾਂਦਾ, ਦੱਸਿਆ ਜਾਂਦਾ ਉਹਨਾਂ ਨੂੰ ਵੀ ਇੱਦਾਂ ਹੁੰਦਾ, ਸਰਕਾਰ ਨੇ ਫੈਸਲਾ ਲਿਆ ਬੜੇ ਇਲੀਗਲ ਟਾਈਪ ਨਾਲ, ਮੈਨੂੰ ਇਹ ਫੈਸਲਾ ਥੋੜ੍ਹਾ ਜਿਹਾ ਗਲਤ ਲੱਗਿਆ। ਠੀਕ ਹੈ, ਹੁਣ ਲੋਕਾਂ 'ਚ ਰੌਲਾ ਪਊਗਾ, ਉੱਥੇ ਫੋਰਸ ਭੇਜ ਦਿੱਤੀ ਗਈ, ਦੰਗੇ ਹੋਣਗੇ, ਉਹ ਕੋਈ ਚੰਗੀ ਗੱਲ ਨਹੀਂ ਮੈਂ ਮੰਨਦਾ ਇਸ ਗੱਲ 'ਚ। ਅੱਛਾ, ਦੂਜੀ ਗੱਲ ਇਹ ਹੈ ਕਿ ਹੁਣ ਸਰਕਾਰ ਕਹਿ ਰਹੀ ਹੈ ਕਿ ਇਸ ਦੇ ਨਾਲ ਜੋ ਜੰਮੂ ਕਸ਼ਮੀਰ ਹੈ ਉਹ ਦੇਸ਼ ਦੇ ਜਾਂ ਮੁੱਖ ਧਾਰਾ ਦੇ ਵਿੱਚ ਆ ਗਿਆ ਹੈ, ਜੰਮੂ ਕਸ਼ਮੀਰ ਦੇ ਲੋਕ ਆਪਸ ਦੇ ਵਿੱਚ ਜੁੜ ਚੁੱਕੇ ਨੇ, ਦੇਸ਼ ਦਾ ਅਟੁੱਟ ਹਿੱਸਾ ਬਣ ਚੁੱਕਿਆ ਹੈ, ਪਰ ਸਵਾਲ ਇਹ ਹੈ ਕਿ ਜੰਮੂ ਕਸ਼ਮੀਰ ਦੇ ਵਿੱਚੋਂ ਮੋਬਾਈਲ ਸੇਵਾਵਾਂ ਬੰਦ ਨੇ, ਇੰਟਰਨੈੱਟ ਬੰਦ ਨੇ, ਕੁਝ ਲੋਕਾਂ ਨੂੰ ਨਜ਼ਰਬੰਦ ਕੀਤਾ ਹੋਇਆ ਹੈ, ਉੱਥੇ ਕੋਈ ਆ ਜਾ ਨਹੀਂ ਸਕਦਾ, ਉੱਥੇ ਧਾਰਾ 144 ਲਗਾਈ ਗਈ ਹੈ, ਚਾਰ ਬੰਦੇ ਤੋਂ ਵੱਧ ਕੋਈ ਉੱਥੇ ਖੜ੍ਹ ਨਹੀਂ ਸਕਦਾ। ਸਵਾਲ ਇਹ ਹੈ ਕਿ ਜਦੋਂ ਇੰਨਾ ਕੁਛ ਜੰਮੂ ਕਸ਼ਮੀਰ ਦੇ ਵਿੱਚ ਲਗਾ ਦਿੱਤਾ ਗਿਆ, ਹੁਣ ਜੰਮੂ ਕਸ਼ਮੀਰ ਦੇਸ਼ ਦੇ ਬਾਕੀ ਹਿੱਸਿਆਂ ਦੇ ਨਾਲ ਕਿਵੇਂ ਜੁੜਿਆ? ਦੇਖੋ, ਆਪਾਂ ਹੁਣ ਉੱਥੇ ਇੰਨਾ ਕੁਛ ਲਗਾ ਦਿੱਤਾ ਗਿਆ, ਆਪਾਂ ਮੰਨ ਲਿਆ 144 ਲੱਗ ਗਈ, ਇੱਕੋਦਮ ਫੈਸਲਾ ਦੇ ਤਾ, ਲੋਕ ਖੱਜਲ ਖੁਆਰ ਹੋਏ, ਮੇਰੇ ਵਰਗੇ ਕਈ ਵੀਰ ਭਰਾ ਉੱਥੇ ਜਾਂਦੇ ਆ, ਉਹਨਾਂ ਨੂੰ ਉੱਥੋਂ ਬੈਗ ਭੇਜ ਦਿੱਤਾ ਗਿਆ, ਤੀਰਥ ਯਾਤਰਾ ਬੰਦ ਕਰ ਦਿੱਤੀਆਂ ਗਈਆਂ। ਇਸ ਲਈ ਮੈਂ ਕਹਿ ਰਿਹਾ ਵੀ ਇਹ ਫੈਸਲਾ ਥੋੜ੍ਹਾ ਜਿਹਾ ਜਲਦਬਾਜ਼ੀ 'ਚ ਵੱਧ ਲਿਆ ਗਿਆ, ਇਲੀਗਲ ਟਾਈਪ ਨਾਲ ਸਰਕਾਰ ਨੇ ਲੋਕਾਂ ਨੂੰ ਦੱਸਿਆ, ਹੁਣ ਉੱਥੇ ਕਹਿੰਦੇ ਲੋਕ ਚਾਹੇ ਕੁਛ ਵੀ ਕਰ ਲੈਣ, ਹੁਣ ਜੇ ਮੰਨ ਲਾ ਮੈਂ ਹਾਂ ਉੱਥੇ, ਮੈਂ ਕਹਿ ਦੂੰ ਉੱਥੇ ਜਾ ਕੇ ਬਿਜ਼ਨਸ ਸੈੱਟ ਕਰ ਲੂੰ, ਮੇਰੀ ਤਾਂ ਨਹੀਂ ਇਹ ਮੰਨਦਾ ਵੀ ਮੈਂ ਉੱਥੇ ਜਾ ਕੇ ਕੋਈ ਬਿਜ਼ਨਸ ਸੈੱਟ ਕਰ ਲੂੰਗਾ, ਲੋਕ ਤਾਂ ਉੱਥੇ ਪਹਿਲਾਂ ਵਾਲੇ ਘੱਟ ਸੇਫ ਹੈ, ਟੈਰਰਿਸਟ ਉੱਥੇ ਵੱਧ ਹੈ, ਹੁਣ ਕਿਹੜਾ ਵੀ ਇੰਨੇ ਨਾਲ ਟੈਰਰਿਸਟ ਉੱਥੇ ਬੰਦ ਹੋ ਜਾਣਗੇ। ਮਤਲਬ ਤੁਹਾਡੇ ਕਹਿਣ ਦਾ ਮੁਤਾਬਿਕ ਜੋ ਹਾਲਾਤ ਪਹਿਲਾਂ ਸੀਗੇ ਉਸੇ ਤਰ੍ਹਾਂ ਦੇ ਹਾਲਾਤ ਰਹਿਣਗੇ? ਮੈਨੂੰ ਲੱਗਦਾ ਹੁਣ ਆਹ ਕੁਛ ਦਿਨਾਂ 'ਚ ਹਾਲਾਤ ਉੱਥੇ ਹੋਰ ਨਾ ਵਿਗੜ ਜਾਣ, ਇਸ ਗੱਲ ਦਾ ਡਰ ਲੱਗ ਰਿਹਾ ਵੀ ਕੋਈ ਹਾਲਾਤ ਉੱਥੇ ਵਿਗੜ ਨਾ ਜਾਣ। ਕਿਵੇਂ ਮਤਲਬ ਕਿਵੇਂ ਵਿਗੜ ਸਕਦੇ ਨੇ? ਮੰਨ ਲਓ ਵੀ ਜਿਹੜਾ ਇਹਨਾਂ ਨੇ ਫੈਸਲਾ 370 ਦਾ ਲਿਆ, ਇੱਕਦਮ ਹਟਾਤਾ, ਹੁਣ ਉੱਥੇ ਫੋਰਸ ਭੇਜੀ ਆ, ਜਿਹਨਾਂ ਨੂੰ ਕੋਈ ਖਤਰਾ ਸੀ ਉੱਥੇ ਤਾਂ ਹੀ ਭੇਜੀ ਆ, ਉੱਥੇ ਜਿਹੜਾ ਟੈਰਰਿਸਟ ਕੰਮ ਆ ਕੋਈ ਦੰਗੇਬਾਜ਼ੀ ਵੱਧ ਨਾ ਹੋ ਜੇ ਉੱਥੇ, ਅਤੇ ਉਹਨਾਂ ਨੂੰ ਫੈਸਲਾ, ਉਹਨਾਂ ਨੂੰ ਕਿਹੜਾ ਕੁਛ ਕੋਈ ਨੋਟੀਫਿਕੇਸ਼ਨ ਦਿੱਤਾ ਗਿਆ ਸੀ ਵੀ ਤੁਹਾਡੇ ਲਈ ਆਹ ਫੈਸਲਾ ਅਸੀਂ ਦੇਵਾਂਗੇ, ਇਹ ਗੱਲ ਮੈਂ ਦੱਸ ਰਿਹਾ ਜਦ ਜੀ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਤੁਹਾਡਾ? ਗਗਨਦੀਪ ਸਿੰਘ। ਅੱਛਾ ਗਗਨਦੀਪ, ਧਾਰਾ 370 ਹਟਾਈ ਗਈ ਹੈ ਜੰਮੂ ਕਸ਼ਮੀਰ ਦੇ ਵਿੱਚੋਂ, ਕਿਵੇਂ ਦਾ ਫੈਸਲਾ ਮੰਨਦੇ ਹੋ ਕੇਂਦਰ ਸਰਕਾਰ ਦਾ? ਇਹ ਕੇਂਦਰ ਸਰਕਾਰ ਦਾ ਬਹੁਤ ਜਲਦਬਾਜ਼ੀ 'ਚ ਲਿਆ ਹੋਇਆ ਫੈਸਲਾ, ਇਹ ਇੱਕ ਹਿਸਾਬ ਦਾ ਕਹਿ ਸਕਦੇ ਆਪਾਂ ਤਾਨਾਸ਼ਾਹੀ ਰਾਜ ਮੋਦੀ ਦਾ, ਕਿ ਆਪਾਂ ਨੂੰ ਸਮਝਣ ਦੀ ਲੋੜ ਆ ਉਹਨਾਂ ਨੂੰ ਕਿ ਉੱਥੋਂ ਦੇ ਲੋਕ ਕੀ ਚਾਹੁੰਦੇ ਨੇ, ਕਿ ਉਹ ਕਿਹੋ ਜਿਹਾ ਰਾਜ ਚਾਹੁੰਦੇ ਨੇ, ਕੀ ਚਾਹੁੰਦੇ ਨੇ, ਉਹਨਾਂ ਨੂੰ ਸਮਝਣ ਦੀ ਲੋੜ ਸੀਗੀ। ਇਹਨਾਂ ਨੇ ਇੱਕਦਮ ਜਲਦੀ 'ਚ ਫੈਸਲਾ ਲਿਆ, ਕਿਸੇ ਨਾਲ ਕੋਈ ਨਹੀਂ, ਇਹਨੇ ਸਭ ਆਪ ਹੀ ਬਿੱਲ ਪਾਸ ਕਰਕੇ ਸਭ ਕੁਛ ਆਪ ਕੇ ਰਾਤੇ ਰਾਤ ਕਰ ਦਿੱਤਾ। ਉੱਥੋਂ ਦੇ ਲੋਕਾਂ ਦੇ ਇੱਕ ਹਿਸਾਬ ਦਾ
ਅੱਛਾ, ਤੁਸੀਂ ਕਹਿ ਰਹੇ ਹੈਗੇ ਆ ਕਾਫੀ ਵਧੀਆ, ਤੁਸੀਂ ਸੁਝਾ ਦਿੱਤਾ ਕਿ ਲੋਕਾਂ ਦਾ ਜਿਹੜੀ ਨਿੱਜੀ ਰਾਏ ਨਹੀਂ ਲੈ ਹੈਗੀ, ਲੋਕਾਂ ਦੇ ਦਿਲ ਨਹੀਂ ਫਰੋਲੇ ਕਿ ਉਹ ਕੀ ਚਾਹੁੰਦੇ ਨੇ, ਤਾਨਾਸ਼ਾਹੀ ਤੌਰ ਦੇ ਉੱਤੇ ਆਪਣਾ ਫੈਸਲਾ ਉਹਨਾਂ ਲੋਕਾਂ ਦੇ ਉੱਤੇ ਲਾਗੂ ਕਰ ਦਿੱਤਾ। ਤੁਹਾਨੂੰ ਲੱਗਦਾ ਕਿ ਇਸ ਫੈਸਲੇ ਦੇ ਨਾਲ ਜੰਮੂ ਕਸ਼ਮੀਰ ਦੇ ਲੋਕਾਂ ਦਾ ਜੀਵਨ ਜਾਂ ਉਹਨਾਂ ਦਾ ਕਾਰੋਬਾਰ ਪ੍ਰਭਾਵਿਤ ਹੋਏਗਾ? ਇਹ ਤਾਂ ਆਉਣ ਵਾਲੇ ਸਮਾਂ ਹੀ ਦੱਸ ਸਕਦਾ। ਅਸੀਂ ਤਾਂ ਚਾਹੁੰਦੇ ਹਾਂ ਕਿ ਉਹਨਾਂ 'ਤੇ ਜੋ ਫੈਸਲਾ ਲਿਆ ਉਹਦੇ ਨਾਲ ਉਹ ਸ਼ਾਂਤੀ ਬਹਾਲ ਹੋਵੇ, ਉੱਥੇ ਉਹ ਸੇਫ ਹੋ ਸਕਣ ਉੱਥੋਂ ਦੇ ਲੋਕ। ਅਸੀਂ ਤਾਂ ਇਹੀ ਚਾਹੁੰਦੇ ਹਾਂ ਕਿ ਉਹਨਾਂ ਨੂੰ ਕੋਈ ਇਦੋਂ ਬਾਅਦ ਕੋਈ ਦੰਗਾ ਜਾਂ ਕੋਈ ਅੱਤਵਾਦੀ ਕੁਛ ਨਾ ਮੁਕਾਬਲਾ ਕੁਛ ਨਾ ਹੋਵੇ, ਉਹ ਸੇਫ ਰਹਿਣ। ਉਹ ਜੇ ਇਹਨਾਂ ਨੇ ਇਹ ਫੈਸਲਾ ਲਿਆ ਤਾਂ ਅਸੀਂ ਇਹੀ ਅਰਦਾਸ ਕਰਦੇ ਹਾਂ ਕਿ ਉਹ ਸੇਫ ਹੋਣ ਅੱਗੇ ਤੋਂ। ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸੋ ਲਗਾਤਾਰ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ, ਲੋਕਾਂ ਦਾ ਜੰਮੂ ਕਸ਼ਮੀਰ ਦੇ ਵਿੱਚੋਂ ਧਾਰਾ 370 ਨੂੰ ਹਟਾਉਣ ਨੂੰ ਲੈ ਕੇ ਵੱਖੋ ਵੱਖ ਪ੍ਰਤੀਕਰਮ ਸਾਹਮਣੇ ਆਏ ਨੇ। ਨੌਜਵਾਨਾਂ ਦਾ ਇਹ ਵੀ ਕਹਿਣਾ ਹੈ ਕਿ ਕਿਤੇ ਨਾ ਕਿਤੇ ਜੋ ਧਾਰਾ 370 ਹਟਾਈ ਗਈ ਹੈ ਉਸ ਦੇ ਨਾਲ ਜੰਮੂ ਕਸ਼ਮੀਰ ਦੇ ਲੋਕਾਂ ਜਿਹੜੇ ਲੋਕ ਨੇ ਉਹ ਪ੍ਰਭਾਵਿਤ ਹੋਏ ਨੇ। ਕੇਂਦਰ ਸਰਕਾਰ ਦੇ ਵੱਲੋਂ ਜਲਦਬਾਜ਼ੀ ਦੇ ਨਾਲ ਫੈਸਲਾ ਲਿਆ ਗਿਆ, ਹਾਲਾਂਕਿ ਕੁਝ ਦਾ ਕਹਿਣਾ ਹੈ ਕਿ ਇਸ ਫੈਸਲੇ ਦੇ ਨਾਲ ਆਮ ਲੋਕਾਂ ਦਾ ਜੰਮੂ ਕਸ਼ਮੀਰ ਦੇ ਵਿੱਚ ਜੋ ਲੋਕ ਨੇ ਉਹਨਾਂ ਦਾ ਜੀਵਨ ਪੱਧਰ ਸੁਧਰੇਗਾ, ਅੱਤਵਾਦੀ ਗਤੀਵਿਧੀਆਂ ਘੱਟ ਹੋਣਗੀਆਂ, ਜੰਮੂ ਕਸ਼ਮੀਰ ਦੇ ਹਾਲਾਤ ਸੁਧਰਨਗੇ। ਹੁਣ ਜੰਮੂ ਕਸ਼ਮੀਰ ਲੋਕਾਂ ਦਾ ਕਹਿਣਾ ਹੈ ਕਿ ਮੁੱਖ ਧਾਰਾਂ ਦੇ ਵਿੱਚ ਆਵੇਗਾ। ਪਰ ਲਗਾਤਾਰ ਸਵਾਲ ਇਹ ਵੀ ਉਠਾਏ ਜਾ ਰਹੇ ਨੇ ਕਿ ਆਖਿਰ ਕਿਉਂ ਜੰਮੂ ਕਸ਼ਮੀਰ ਦੇ ਲੋਕਾਂ ਦੀ ਨਿੱਜੀ ਰਾਏ ਲਏ ਤੋਂ ਬਿਨਾਂ ਤਾਨਾਸ਼ਾਹੀ ਤੌਰ ਦੇ ਉੱਤੇ ਫੈਸਲਾ ਕੇਂਦਰ ਸਰਕਾਰ ਦੇ ਵੱਲੋਂ ਜੰਮੂ ਕਸ਼ਮੀਰ ਦੇ ਲੋਕਾਂ ਦੇ ਸਿਰ ਦੇ ਉੱਤੇ ਥੋਪ ਦਿੱਤਾ ਗਿਆ। ਸੋ ਲਗਾਤਾਰ ਸਵਾਲ ਉਠਾਏ ਜਾ ਰਹੇ ਨੇ, ਪਰ ਇਹਨਾਂ ਸਵਾਲਾਂ ਦਾ ਹੁਣ ਜਵਾਬ ਆਖਿਰ ਕੇਂਦਰ ਸਰਕਾਰ ਨੂੰ ਹੀ ਦੇਣਾ ਪਵੇਗਾ। ਪਰ ਸਵਾਲਾਂ ਦੇ ਵਿਚਕਾਰ ਜੰਮੂ ਕਸ਼ਮੀਰ ਦੇ ਲੋਕਾਂ ਦਾ, ਪੰਜਾਬ ਦੇ ਲੋਕਾਂ ਦਾ, ਪੂਰੇ ਦੇਸ਼ ਦੇ ਲੋਕਾਂ ਦਾ ਭਵਿੱਖ ਜ਼ਰੂਰ ਜੁੜਿਆ ਹੋਇਆ। ਸੋ ਅੱਜ ਦੇ ਪੰਜਾਬ ਬੋਲਦਾ ਦੇ ਵਿੱਚ ਬਸ ਇੰਨਾ ਹੀ। ਇਸ ਦੇ ਨਾਲ ਹੀ ਮੈਨੂੰ ਅਮਨਦੀਪ ਸਿੰਘ ਨੂੰ ਦਿਓ ਜੀ ਆਗਿਆ। ਧੰਨਵਾਦ।